ਨਾ ਸਾਡੇ ਪਿੰਡ 'ਚ ਗੋਲੀ ਭਰਾਵਾ ਸਾਡੇ ਤਾਂ ਉਹਦੇ ਕੋਈ ਗੱਲ ਦਿਮਾਗ 'ਚ ਨਹੀਂ ਆਉਂਦੀ ਤੈਨੂੰ ਤਾਂ ਹੋ ਰੱਬ ਵਰਗਾ ਹਾਂ ਸਿੱਧਾ ਨਾ ਬੜਾ ਮੋਹ ਮੁਹੱਬਤ ਨਾ ਬੜਾ ਬਗੈੜ ਉਹ ਤਾਂ ਜੀ ਪੰਜ ਚਾਰ ਐਂਟੀ ਬੰਦੇ ਸੀਗੇ ਜੀ ਉਹਦੇ ਉਹਨਾਂ ਦੀ ਟੀ ਸ਼ਰਟ ਦੇ ਉੱਪਰ ਵੀ ਫੋਟੋ ਦੋਸਤੋ ਯੂਟਿਊਬ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਤੇ ਅੱਜ ਆਪਾਂ ਪਹੁੰਚੇ ਹੋਏ ਹਾਂ ਜੀ ਜ਼ਿਲ੍ਹਾ ਮਾਨਸਾ ਦੇ ਪਿੰਡ ਮੂਸਾ ਜਿੱਥੋਂ ਦੇ ਕਿ ਮਸ਼ਹੂਰ ਸਿੰਗਰ ਸ਼ੁਭਦੀਪ ਸਿੰਘ ਜਿਨ੍ਹਾਂ ਨੂੰ ਕਿ ਇੰਡਸਟਰੀ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਕਾਫੀ ਵਿਵਾਦਾਂ ਦੇ ਵਿੱਚ ਘਿਰੇ ਹੋਏ ਹਨ ਅਤੇ ਵੱਖ ਵੱਖ ਚੈਨਲਾਂ ਦੇ ਵੱਲੋਂ ਵੱਖ ਵੱਖ ਨਿਊਜ਼ ਚੈਨਲਾਂ ਦੇ ਵੱਲੋਂ ਉਹਨਾਂ ਦੇ ਪਿੰਡ ਦੇ ਵਿੱਚ ਆ ਕੇ ਲੋਕਾਂ ਤੋਂ ਉਹਨਾਂ ਦੇ ਸੁਭਾਅ ਅਤੇ ਉਹਨਾਂ ਦੀ ਇਮੇਜ ਦੇ ਬਾਰੇ ਜਾਣਿਆ ਗਿਆ ਜਿਸ ਦੇ ਵਿੱਚ ਕਈਆਂ ਪਿੰਡ ਦੇ ਲੋਕਾਂ ਦੇ ਓਪੀਨੀਅਨ ਜਾਣੇ ਗਏ ਜਿਸ ਦੇ ਵਿੱਚ ਕਿ ਕੁਝ ਲੋਕ ਉਹਨਾਂ ਦੇ ਹੱਕ ਅਤੇ ਕੁਝ ਲੋਕ ਉਹਨਾਂ ਦੇ ਵਿਰੋਧ ਦੇ ਵਿੱਚ ਬੋਲੇ ਅਤੇ ਅੱਜ ਆਪਾਂ ਕੋਸ਼ਿਸ਼ ਕਰਾਂਗੇ ਗਰਾਊਂਡ ਲੈਵਲ ਤੋਂ ਜਾਣਨ ਦੀ ਕਿ ਆਖਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਜਿਸ ਨੇ ਕਿ ਇੰਡਸਟਰੀ ਦੇ ਵਿੱਚ ਇੰਨਾ ਨਾਮ ਬਣਾਇਆ ਹੈ ਪਿੰਡ ਦੇ ਵਿੱਚ ਉਸ ਦੀ ਆਪਣੀ ਕਿਵੇਂ ਦੀ ਇਮੇਜ ਹੈ ਉਸ ਦਾ ਕਿਵੇਂ ਰਹਿਣ ਸਹਿਣ ਹੈ ਅਤੇ ਪਿੰਡ ਦੇ ਲੋਕ ਉਸ ਨੂੰ ਕਿਸ ਤਰ੍ਹਾਂ ਲੈਂਦੇ ਹਨ ਆਓ ਫਿਰ ਗੱਲ ਕਰਦੇ ਹਾਂ ਜੀ ਪਿੰਡ ਦੇ ਲੋਕਾਂ ਦੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਬਜ਼ੁਰਗੋ ਕੀ ਨਾਂ ਜੀ ਤੁਹਾਡਾ ਜਰਨੈਲ ਸਿੰਘ ਹਾਂ ਬਾਬਾ ਜੀ ਇਸੇ ਪਿੰਡ ਦੇ ਰਹਿਣ ਵਾਲੇ ਜਮਾ ਸਾਵੇਂ ਪਿੰਡ ਦੇ ਮੂਸੇ ਅਤੇ ਜੋ ਕਿ ਤੁਹਾਡੇ ਪਿੰਡ ਦੇ ਇੱਕ ਗੀਤਕਾਰ ਨੇ ਕਲਾਕਾਰ ਨੇ ਸਿੱਧੂ ਮੂਸੇਵਾਲਾ ਸ਼ੁਭਦੀਪ ਸਿੰਘ ਪਿਛਲੇ ਕੁਝ ਦਿਨਾਂ ਦੇ ਵਿੱਚ ਉਹ ਕਾਫੀ ਵਿਵਾਦਾਂ ਦੇ ਵਿੱਚ ਘਿਰੇ ਹੋਏ ਨੇ ਉਹਨਾਂ 'ਤੇ ਕੁਝ ਲੋਕਾਂ ਵੱਲੋਂ ਐਲੀਗੇਸ਼ਨ ਵੀ ਲਾਏ ਗਏ ਕਿ ਉਹ ਪਿੰਡ ਦੇ ਵਿੱਚ ਲੱਚਰਪੁਣਾ ਫੈਲਾਉਂਦੇ ਹਨ ਜਾਂ ਕਿ ਲੋਕਾਂ ਨੂੰ ਤੰਗ ਕਰਦੇ ਹਨ ਅਤੇ ਸ਼ਰਾਬ ਪੀਂਦੇ ਜਾਂ ਕੁਝ ਵੀ ਕਹਿ ਲਓ ਉਹ ਸਾਰੇ ਬਿਆਨ ਬਿਲਕੁਲ ਝੂਠੇ ਹਨ ਜਾਂ ਸਹੀ ਹਨ ਸਾਰੇ ਬਿਆਨ ਉਹ ਝੂਠੇ ਨੇ ਝੂਠੇ ਬਿਆਨ ਨੇ ਉਹ ਚਾਰ ਪੰਜ ਘਰ ਨੇ ਲੱਗਦੇ ਨੇ ਬਸ ਵਿੱਚ ਇਹਦੀ ਤਰੱਕੀ ਕਿਉਂ ਹੈ ਇਹ ਸਾਡੇ ਲਵੇ ਵੱਧਦਾ ਤੁਰਿਆ ਜਾਂਦਾ ਇਹੀ ਗੱਲ ਹੈ ਗਰੀਬ ਪਰਿਵਾਰ ਸੀ ਵਿਚਾਰਾ ਇਹ ਧੁਰ ਤੋਂ ਲੈ ਕੇ ਮਿਹਨਤ ਵਾਲਾ ਬੱਚਾ ਅਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਸ ਦੀ ਕਿਸ ਤਰ੍ਹਾਂ ਦੀ ਇਮੇਜ ਬਣੀ ਹੋਈ ਹੈ ਕਿਸ ਤਰ੍ਹਾਂ ਦਾ ਇਸ ਦਾ ਪ੍ਰਭਾਵ ਬਣਿਆ ਹੋਇਆ ਕਿ ਕਿਸ ਤਰ੍ਹਾਂ ਦੇ ਲੋਕ ਨੇ ਸਿੱਧੂ ਦੇ ਜੋ ਪਰਿਵਾਰ ਦੇ ਮੈਂਬਰ ਨੇ ਪਰਿਵਾਰ ਦੇ ਮੈਂਬਰ ਬਹੁਤ ਵਧੀਆ ਨੇ ਸਾਰਾ ਟੱਬਰ ਠੀਕ ਹੈ ਇਹਨਾਂ ਦਾ ਅਤੇ ਜਿਹੜਾ ਪਿੰਡ ਦੀ ਲਿੰਕ ਹੈ ਉਹਦਾ ਵੀ ਵਧੀਆ ਲਿੰਕ ਹੈ ਇਹਨਾਂ ਦਾ ਧੰਨਵਾਦ ਬਾਬਾ ਜੀ ਆਪਾਂ ਪਹੁੰਚੇ ਹੋਏ ਹਾਂ ਜੀ ਪਿੰਡ ਦੇ ਸੱਥ ਦੇ ਵਿੱਚ ਜਿੱਥੇ ਕਿ ਕੁਝ ਮਾਤਾਵਾਂ ਬੈਠੀਆਂ ਹੋਈਆਂ ਹਨ ਭੈਣਾਂ ਬੈਠੀਆਂ ਹੋਈਆਂ ਹਨ ਉਹਨਾਂ ਤੋਂ ਜਾਣਨ ਦੀ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੀ ਪਿੰਡ ਦੇ ਵਿੱਚ ਕਿਸ ਤਰ੍ਹਾਂ ਦੀ ਇਮੇਜ ਹੈ ਲੋਕਾਂ ਦੇ ਵਿੱਚ ਰਹਿਣ ਸਹਿਣ ਕਿਵੇਂ ਦਾ ਜਾਂ ਫਿਰ ਲੋਕਾਂ ਦੇ ਵਿੱਚ ਉਹਨਾਂ ਨੇ ਆਪਣਾ ਕਿਸ ਤਰ੍ਹਾਂ ਦਾ ਪ੍ਰਭਾਵ ਬਣਾਇਆ ਅਤੇ ਆਓ ਗੱਲ ਕਰਦੇ ਹਾਂ ਪਿੰਡ ਦੇ ਲੋਕਾਂ ਦੇ ਨਾਲ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਮਾਤਾ ਜੀ ਕੀ ਨਾਂ ਜੀ ਤੁਹਾਡਾ ਛਿੰਦਰਪਾਲ ਮਾਤਾ ਜੀ ਇਸੇ ਪਿੰਡ ਦੇ ਹੋ ਇਸੇ ਪਿੰਡ ਦੇ ਆ ਜੀ ਤੁਹਾਡੇ ਪਿੰਡ ਦੇ ਜੋ ਕਿ ਗਾਇਕ ਨੇ ਬੜੇ ਵਧੀਆ ਗਾਇਕ ਨੇ ਸਿੱਧੂ ਮੂਸੇਵਾਲਾ ਸ਼ੁਭਦੀਪ ਸਿੰਘ ਉਹ ਪਿਛਲੇ ਕੁਝ ਦਿਨਾਂ ਤੋਂ ਕਾਫੀ ਵਿਵਾਦਾਂ ਦੇ ਵਿੱਚ ਘਿਰੇ ਹੋਏ ਆ ਕੁਝ ਲੋਕਾਂ ਤੇ ਉਹਨਾਂ ਕੁਝ ਲੋਕਾਂ ਦੁਆਰਾ ਉਹਨਾਂ ਤੇ ਕਈ ਤਰ੍ਹਾਂ ਦੇ ਐਲੀਗੇਸ਼ਨ ਲਾਏ ਗਏ ਇਲਜ਼ਾਮ ਲਾਏ ਗਏ ਕਿ ਉਹ ਸ਼ਰਾਬ ਪੀਂਦੇ ਹਨ ਜਾਂ ਪਿੰਡ ਦੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਹਨ ਜਾਂ ਕਿਸ ਤਰ੍ਹਾਂ ਵੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਸਿੱਧੂ ਮੂਸੇਵਾਲਾ ਕਿਸ ਤਰ੍ਹਾਂ ਦਾ ਹੈ ਨਾ ਸਾਡੇ ਪਿੰਡ 'ਚ ਸ਼ਰਾਬ ਨਾ ਸਾਡੇ ਪਿੰਡ 'ਚ ਗੋਲੀ ਜਿੱਦਾਂ ਦਾ ਉਹ ਹੋ ਗਿਆ ਸਰਪੰਚ ਸਾਨੂੰ ਸੁਰਤ ਲਿਆਤੀ ਦੋ ਬੰਦੇ ਉਹਨੂੰ ਮਾੜਾ ਕਹਿੰਦੇ ਨੇ ਜੇ ਉਹਨੇ ਆਏ ਦੇਖਣ ਗੱਲ ਸੁਣ ਜਿਹੜੇ ਦੋ ਬੰਦੇ ਨੂੰ ਮਾੜਾ ਕਹਿਣਗੇ ਸਾਥੋਂ ਵੀ ਬਰਦਾਸ਼ਤ ਨਹੀਂ ਹੁੰਦੀ ਜਿਹੜਾ ਜਿੱਦੇ ਉਹਦੀ ਮਾਂ ਨੇ ਉਹਨੂੰ ਜਨਮ ਦਿੱਤਾ ਉਹਦਾ ਵੀ ਧੰਨਵਾਦ ਜਿੱਦੇ ਉਹਦੀ ਮਾਂ ਸਕੂਲ ਚਲਾਉਂਦੀ ਤੀ ਸਾਡੇ ਬੱਚਿਆਂ ਨੂੰ ਵੀ ਗਾਹਾਂ ਸਹੂਲਤ ਆ ਗਈ ਗੱਲ ਸੁਣ ਲੈ ਇਹੋ ਜਿਹਾ ਬੱਚਾ ਪੜ੍ਹਾਇਆ ਫਸਟ ਆ ਰਹੀ ਹੈ ਅਤੇ ਜਿਹੜੇ ਹੁਣ ਸਿੱਧੂ ਸਾਹਿਬ ਸਾਡੇ ਪਿੰਡ ਦੇ ਬੱਚਿਆਂ ਨੂੰ ਮੱਤ ਦੇਊਗਾ ਅਤੇ ਉਹਨਾਂ ਨੂੰ ਦਿਲਵਰੀ ਦੇ ਰਿਹਾ ਇਹੀ ਜੀ ਨਾ ਕਿਸੇ ਨੇ ਦੇਣੀ ਹੈ ਅਤੇ ਨਾ ਕੋਈ ਦੇਵੇ ਅਤੇ ਜਦੋਂ ਤੋਂ ਉਹਨਾਂ ਨੇ ਪਿੰਡ ਦੀ ਮੋਹਤਬਾਰੀ ਸੰਭਾਲੀ ਆ ਸਰਪੰਚੀ ਸੰਭਾਲੀ ਆ ਉਦੋਂ ਤੋਂ ਲੈ ਕੇ ਪਿੰਡ ਦਾ ਕੋਈ ਵਿਕਾਸ ਹੋ ਰਿਹਾ ਜੀ ਬਹੁਤ ਪੂਰਾ ਹੋ ਰਿਹਾ ਜੀ ਘਰ ਘਰ ਪੁੱਛ ਕੇ ਜਾਂਦਾ ਆ ਪੀਤਾ ਫੜ ਕੇ ਮਿਣ ਕੇ ਜਾਂਦਾ ਦੁੱਖ ਤਕਲੀਫ ਸਾਨੂੰ ਜਿੱਥੇ ਅਸੀਂ ਟੱਕਰਦੇ ਹਾਂ ਮਾਤਾ ਕਹਿ ਕੇ ਬੁਲਾਉਂਦਾ ਪੈਰੀਂ ਹੱਥ ਲਾਉਂਦਾ ਅਤੇ ਸਾਨੂੰ ਭਾਈ ਬਹੁਤ ਵਧੀਆ ਚਾਅ ਚੜ੍ਹਦਾ ਸਾਨੂੰ ਤਾਂ ਖੁਸ਼ੀ ਹੈ ਖੁਸ਼ੀ ਹੈ ਮੇਰਾ ਪਿੰਡ ਐਡਾ ਉੱਚਾ ਹੋਇਆ ਅਤੇ ਸਾਡਾ ਨਾਂ ਰੋਸ਼ਨ ਕਹਿਣਾ ਚਾਹੋਗੇ ਸਿੱਧੂ ਮੂਸੇਵਾਲੇ ਦੇ ਬਾਰੇ ਕਿ ਉਹ ਕਿਸ ਤਰ੍ਹਾਂ ਦੇ ਇਨਸਾਨ ਹਨ ਅਤੇ ਲੋਕਾਂ ਦੇ ਵਿੱਚ ਵਿਚਰਨ ਉਹਨਾਂ ਦਾ ਕਿਸ ਤਰ੍ਹਾਂ ਸਾਨੂੰ ਤਾਂ ਉਹ ਰੱਬ ਵਰਗਾ ਹਾਂ ਸਿੱਧੀ ਗੱਲ ਹੈ ਸਾਡਾ ਤਾਂ ਉਹਨੇ ਕੋਈ ਮਾੜਾ ਨਹੀਂ ਕੀਤਾ ਕੋਈ ਮਾੜਾ ਉਹਨੇ ਸੋਚਿਆ ਨਹੀਂ ਪਿੰਡ ਬਾਰੇ ਕੋਈ ਉਹਨੇ ਸ਼ਰਾਬ ਨਹੀਂ ਚਲਾਈ ਜਦੋਂ ਵੋਟਾਂ ਲੈਤੀਆਂ ਨੇ ਇਕੱਲੀ ਮੂੰਗਫਲੀ ਨਾਲ ਵੋਟਾਂ ਲਈ ਆ ਸਾਥੋਂ ਤਾਂ ਬਹੁਤ ਵਧੀਆ ਬੰਦਾ ਓਕੇ ਮਾਤਾ ਜੀ ਸਤਿ ਸ਼੍ਰੀ ਅਕਾਲ ਮਾਤਾ ਇਹ ਜਿਹੜੀ ਤੁਹਾਨੂੰ ਸ਼ਰਾਬ ਦੀ ਹੈ ਸਾਡੇ ਪਿੰਡ 'ਚ ਠੇਕਾ ਤਾਂ ਚੱਲਦਾ ਹੀ ਨਹੀਂ ਹਾਂਜੀ ਵੀਰ ਜੀ ਕੀ ਨਾਂ ਜੀ ਆਪਣਾ ਕੁਲਦੀਪ ਸਿੰਘ ਆ ਜੀ ਇਸੇ ਪਿੰਡ ਦੇ ਰਹਿਣ ਵਾਲੇ ਹਾਂਜੀ ਹਾਂਜੀ ਇਸੇ ਪਿੰਡ ਦੇ ਜੀ ਤੇ ਸਿੱਧੂ ਮੂਸੇਵਾਲੇ ਨੂੰ ਕਦੋਂ ਤੋਂ ਜਾਣਦੇ ਹੋ ਕਾਫੀ ਸਾਲ ਤੋਂ ਜਾਣਦੇ ਛੋਟੇ ਹੁੰਦੇ ਤੋਂ ਜਾਣਦੇ ਲੱਗਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਉਹ ਕਿਸ ਤਰ੍ਹਾਂ ਦੇ ਇਨਸਾਨ ਨੇ ਉਹਨਾਂ ਦਾ ਸੁਭਾਅ ਕਿਸ ਤਰ੍ਹਾਂ ਦਾ ਉਹਨਾਂ ਦਾ ਲੋਕਾਂ ਦੇ ਵਿੱਚ ਵਿਚਰਨ ਕਿਸ ਤਰ੍ਹਾਂ ਦਾ ਹੈ ਨਹੀਂ ਵਧੀਆ ਬੰਦਾ ਹੈਗਾ ਜੀ ਵਧੀਆ ਮਿਲਦਾ ਜੁਲਦਾ ਹੈਗਾ ਇੱਥੇ ਆਪਣੇ ਖੇਡਣ ਵੀ ਆਉਂਦੇ ਨੇਗੇ ਜੀ
ਅਤੇ ਊਂ ਵੀ ਜਿੱਥੇ ਵੀ ਟੱਕਰਦੇ ਨੇ ਹੱਸ ਕੇ ਹੱਥ ਖੜਾ ਕਰਕੇ ਵਧੀਆ ਲੰਘਦੇ ਨੇ ਗੇ ਵਧੀਆ ਵਿਚਰਦੇ ਨੇ ਗੇ ਕਦੇ ਆਪਾਂ ਕੋਈ ਮਾੜਾ ਸੁਣਿਆ ਨਹੀਂ ਗਾ ਵੀ ਉਹਨੇ ਮਾੜਾ ਕਿਸੇ ਬੋਲਿਆ ਜਾਂ ਕਿਸੇ ਨੂੰ ਕਿੰਨਾ ਲੜਾਈ ਪੜਾਈ ਕੋਈ ਚੱਕਰ ਨਹੀਂ ਹੈਗਾ ਜੀ ਅਤੇ ਕੁਝ ਲੋਕਾਂ ਵੱਲੋਂ ਉਹਨਾਂ 'ਤੇ ਜੋ ਐਲੀਗੇਸ਼ਨ ਲੱਗੇ ਨੇ ਚਲੋ ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਉਹ ਕੁਝ ਕਾਰਨਾਂ ਕਰਕੇ ਚਰਚਾ ਦੇ ਵਿਸ਼ਾ ਬਣੇ ਹੋਏ ਨੇ ਆਪਾਂ ਉਹਨਾਂ ਕਾਰਨਾਂ 'ਤੇ ਗੱਲ ਨਹੀਂ ਕਰਾਂਗੇ ਪਰ ਫਿਰ ਵੀ ਮੌਜੂਦਾ ਸਮੇਂ ਦੇ ਵਿੱਚ ਕੁਝ ਚੈਨਲਾਂ ਵੱਲੋਂ ਉਹਨਾਂ ਦੇ ਖਿਲਾਫ ਕੁਝ ਲੋਕਾਂ ਦੁਆਰਾ ਕੁਝ ਭੜਕਾਊ ਗੱਲਾਂ ਕੀਤੀਆਂ ਗਈਆਂ ਉਹਨਾਂ ਦੇ ਬਾਰੇ ਤੁਹਾਡਾ ਕੀ ਕਹਿਣਾ ਉਹ ਤਾਂ ਜੀ ਪੰਜ ਚਾਰ ਐਂਟੀ ਬੰਦੇ ਸੀਗੇ ਜੀ ਉਹਦੇ ਅਤੇ ਉਹ ਐਂਟੀ ਹੁਣ ਮਤਲਬ ਕਈ ਵਾਰ ਖਾਣ ਪੀਣ ਨੂੰ ਨਹੀਂ ਮਿਲਦਾ ਅਗਲੇ ਨੂੰ ਗਏ ਜੀ ਕਿਉਂਕਿ ਪੰਚ ਦੀ ਥੋੜ੍ਹੀ ਸਖਤਾਈ ਜ਼ਿਆਦਾ ਹੈਗੀ ਜੀ ਅਤੇ ਉਹਨਾਂ ਨੂੰ ਬਸ ਐਂ ਆ ਵੀ ਆਪਾਂ ਬਦਨਾਮ ਕਰ ਦਈਏ ਕਿਉਂਕਿ ਹੋਰ ਤਾਂ ਕੁਛ ਹੋ ਨਹੀਂ ਸਕਦਾ ਬਰਾਬਰੀ ਤਾਂ ਹੋ ਨਹੀਂ ਸਕਦੀ ਹੈਗੀ ਬਦਨਾਮ ਕਰੋ ਸਿੱਧੂ ਸਾਹਿਬ ਆਪ ਵੀ ਕਹਿੰਦੇ ਨੇਗੇ ਵੀ ਬਦਨਾਮੀ ਸ਼ੁਰੂ ਹੀ ਕਰ ਦਿਓ ਜਦੋਂ ਆਪਾਂ ਤੋਂ ਮੁਕਾਬਲਾ ਨਾ ਹੋਵੇ ਓਕੇ ਵੀਰ ਜੀ ਮਿਹਰਬਾਨੀ ਬਾਬਾ ਜੀ ਇਸੇ ਪਿੰਡ ਦੇ ਰਹਿਣ ਵਾਲੇ ਹੋ ਹਾਂਜੀ ਹਾਂਜੀ ਜੋ ਕਿ ਤੁਹਾਡੇ ਪਿੰਡ ਦਾ ਗਾਇਕ ਆ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਪਿਛਲੇ ਕੁਝ ਦਿਨਾਂ ਤੋਂ ਉਹਨਾਂ 'ਤੇ ਕੁਝ ਲੋਕਾਂ ਵੱਲੋਂ ਇਲਜ਼ਾਮ ਲਾਏ ਗਏ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਲਜ਼ਾਮ ਝੂਠੇ ਹਨ ਜਾਂ ਸੱਚੇ ਹਨ ਕਿੰਨੀ ਕੁ ਸੱਚਾਈ ਉਹਨਾਂ ਗੱਲਾਂ ਦੇ ਵਿੱਚ ਉਹਨਾਂ 'ਚ ਜੇ ਅਸੀਂ ਸੋਚੀਏ ਜੀ ਮਹਾਰਾਜ ਨੂੰ ਜਾਣ ਕੇ ਕਹੀਏ ਅਸੀਂ ਸੱਚੇ ਦਿਲੋਂ ਵੀ ਉਹਨਾਂ 'ਚ ਬਹੁਤ ਸੱਚਾਈ ਹੈ ਸਿੱਧੂ ਸਾਹਿਬ 'ਚ ਜੋ ਇਹ ਬੰਦੇ ਕਰਦੇ ਨੇ ਸਾਰਾ ਕੰਮ ਗਲਤ ਕਰ ਰਹੇ ਕਿਉਂ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜੋ ਉਹਨਾਂ ਲੋਕਾਂ ਨੇ ਇਲਜ਼ਾਮ ਲਾਏ ਆ ਉਹ ਝੂਠੇ ਨੇ ਝੂਠੇ ਨੇ ਸ਼ਰੇਆਮ ਝੂਠੇ ਨੇ ਅਤੇ ਸਿੱਧੂ ਜੋ ਸ਼ਬਦੀਪ ਸਿੰਘ ਸਿੱਧੂ ਜਾਂ ਫਿਰ ਤੁਸੀਂ ਤਾਂ ਬਜ਼ੁਰਗ ਹੋ ਉਹਨਾਂ ਦੇ ਪਰਿਵਾਰ ਨੂੰ ਮੁੱਢ ਤੋਂ ਜਾਣਦੇ ਹੋਵੋਗੇ ਅਤੇ ਕਿਸ ਤਰ੍ਹਾਂ ਦਾ ਰਿਹਾ ਜੀ ਉਹਨਾਂ ਦਾ ਪਰਿਵਾਰ ਜੋ ਉਹਨਾਂ ਦਾ ਪਰਿਵਾਰ ਹੈ ਜੀ ਗੁਰਸਿੱਖ ਜੀਵਨ ਸੀਗਾ ਜੋ ਉਹਦੇ ਦਾਦਾ ਜੀ ਸੀ ਬਹੁਤ ਭਲੇ ਪੁਰਸ਼ ਸੀ ਐਡੇ ਗਰੀਬ ਬੰਦੇ ਸੀ ਜੋ ਅਸੀਂ ਕਹਿ ਵੀ ਨਹੀਂ ਸਕਦੇ ਉਹਨਾਂ ਦੇ ਉਦੋਂ ਵੱਡੇ ਦਾਦਾ ਜੀ ਸੀ ਮੈਂ ਆਪਦੇ ਬਜ਼ੁਰਗਾਂ ਤੋਂ ਗੱਲਾਂ ਸੁਣਦਾ ਰਿਹਾ ਉਹ ਉਦੋਂ ਗਰੀਬ ਸੀ ਜੋ ਕਿ ਅੱਜ ਤੋਂ ਵੱਡੇ ਦਾਦੇ ਪੜਦਾਦੇ ਤੋਂ ਲੈ ਕੇ ਉਹਨਾਂ ਨੇ ਕੋਈ ਮਾੜਾ ਕਿ ਚੰਗਾ ਸੀ ਕੰਮ ਸੁਣਿਆ ਨਹੀਂ 70 ਸਾਲ ਦੀ ਮੇਰੀ ਉਮਰ ਹੋ ਗਈ ਅੱਜ ਤਾਈਂ 70 ਸਾਲ ਹੋ ਗਏ ਸੀ ਸੁਣਿਆ ਨਹੀਂ ਕੋਈ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਵੀਰ ਜੀ ਆਪਣਾ ਮੂਸਾ ਜੀ ਅਤੇ ਜੋ ਤੁਹਾਡੇ ਪਿੰਡ ਦੇ ਗੀਤਕਾਰ ਨੇ ਕਲਾਕਾਰ ਨੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਤੁਸੀਂ ਕੀ ਕਹਿਣਾ ਚਾਹੋਗੇ ਕਿ ਹੁਣ ਇਸ ਸਮੇਂ ਦੇ ਵਿੱਚ ਵਿਵਾਦਾਂ ਦੇ ਵਿੱਚ ਘਿਰੇ ਹੋਏ ਨੇ ਕੁਝ ਲੋਕਾਂ ਵੱਲੋਂ ਉਹਨਾਂ 'ਤੇ ਇਲਜ਼ਾਮ ਲਾਏ ਗਏ ਨੇ ਕਿ ਉਹ ਪਿੰਡ ਦੇ ਵਿੱਚ ਲੋਕਾਂ ਨੂੰ ਤੰਗ ਕਰਦੇ ਨੇ ਪਿੰਡ ਦੀ ਸ਼ਾਂਤੀ ਖਰਾਬ ਕਰਦੇ ਨੇ ਜਾਂ ਫਿਰ ਪਿੰਡ ਦੇ ਲੋਕਾਂ ਨੂੰ ਰਹਿਣ ਸਹਿਣ ਦੇ ਵਿੱਚ ਤੰਗੀ ਮਹਿਸੂਸ ਹੁੰਦੀ ਆ ਉਹਨਾਂ ਕਰਕੇ ਇਹ ਇਲਜ਼ਾਮ ਕਿੰਨੇ ਕੁ ਸੱਚੇ ਆ ਵੀਰ ਜੀ ਦੇਖੋ ਵੀਰ ਜੀ ਜਦੋਂ ਤੱਕ ਮੈਂ ਉਹਨੂੰ ਦੇਖ ਰਿਹਾ ਅੱਜ ਤੱਕ ਦਾ ਕੋਈ ਉਸਦਾ ਸੁਣਿਆ ਨਹੀਂ ਹੈਗਾ ਵਧੀਆ ਬਹੁਤ ਵਧੀਆ ਬੰਦਾ ਹੈਗਾ ਪਿੰਡ ਦਾ ਹਰ ਇੱਕ ਨਾਲ ਬੁਲਾ ਕੇ ਉਹ ਕਰਦਾ ਅਤੇ ਅੱਜ ਤੱਕ ਦਾ ਕਦੇ ਕੋਈ ਅਸੀਂ ਗੱਲ ਸੁਣੀ ਸਤਿ ਸ਼੍ਰੀ ਅਕਾਲ ਬਜ਼ੁਰਗੋ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਜੀ ਤੁਹਾਡਾ ਬਲਦੇਵ ਸਿੰਘ ਹੈ ਜੀ ਬਾਬਾ ਜੀ ਇਸੇ ਪਿੰਡ ਦੇ ਰਹਿਣ ਵਾਲੇ ਹੋ ਜੀ ਇਸੇ ਪਿੰਡ ਤੁਹਾਡੇ ਪਿੰਡ ਦਾ ਇੱਕ ਸਿੰਗਰ ਹੈ ਜੀ ਸਿੱਧੂ ਮੂਸੇਵਾਲਾ ਜੋ ਕਿ ਬੜੇ ਫੇਮਸ ਹੋ ਚੁੱਕੇ ਨੇ ਇੰਡਸਟਰੀ ਦੇ ਵਿੱਚ ਅਤੇ ਪਿਛਲੇ ਕੁਝ ਦਿਨਾਂ ਤੋਂ ਕੁਝ ਲੋਕਾਂ ਵੱਲੋਂ ਉਹਨਾਂ 'ਤੇ ਇਲਜ਼ਾਮ ਲਗਾਏ ਗਏ ਨੇ ਕਿ ਉਹ ਸਹੀ ਤਰੀਕੇ ਨਾਲ ਪਿੰਡ ਦੇ ਵਿੱਚ ਨਹੀਂ ਰਹਿੰਦੇ ਪਿੰਡ ਦਾ ਮਾਹੌਲ ਖਰਾਬ ਕਰ ਰਹੇ ਨੇ ਜਾਂ ਫਿਰ ਸ਼ਰਾਬ ਜਾਂ ਕੁਛ ਵੀ ਕਹਿ ਲਓ ਕਿਸੇ ਤਰੀਕੇ ਨਾਲ ਵੀ ਪਿੰਡ ਦੇ ਲੋਕ ਉਹਨਾਂ ਤੋਂ ਪਰੇਸ਼ਾਨ ਹਨ ਇਹਨਾਂ ਗੱਲਾਂ ਦੇ ਪਿੱਛੇ ਕਿੰਨੀ ਕੁ ਸੱਚਾਈ ਆ ਉਹ ਕਿਸ ਤਰ੍ਹਾਂ ਦੇ ਇਨਸਾਨ ਹਨ ਸਾਰੇ ਗੱਲਾਂ ਝੂਠ ਆ ਜੀ ਉਹ ਇੱਕ ਗੱਲ ਨਹੀਂ ਉਹਨਾਂ ਸੱਚੀ ਇੱਥੇ ਖੇਡਣ ਆਉਂਦਾ ਰੋਜ਼ ਸਾਡੇ ਕੋਲ ਕੋਈ ਉਹਦੀ ਸ਼ਰਾਬ ਨਹੀਂ ਪੀਤੀ ਹੁੰਦੀ 2 ਘੰਟੇ ਖੇਡ ਕੇ ਜਾਂਦਾ ਉੱਥੇ ਗਰਾਊਂਡ 'ਚ ਰੋਜ਼ਾਨਾ ਅਸੀਂ ਦੇਖਦੇ ਹਾਂ ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜੋ ਇਲਜ਼ਾਮ ਲੋਕਾਂ ਵੱਲੋਂ ਲਾਏ ਗਏ ਉਹ ਬਿਲਕੁਲ ਝੂਠੇ ਇੱਕ ਵੀ ਸੱਚਾ ਨਹੀਂ ਉਹਨਾਂ 'ਚ ਠੀਕ ਹੈ ਬਾਬਾ ਜੀ ਕੀ ਨਾਂ ਜੀ ਆਪਣਾ ਹਰਜਿੰਦਰ ਸਿੰਘ ਇਸੇ ਪਿੰਡ ਦੇ ਰਹਿਣ ਵਾਲੇ ਹੋ ਜੀ ਹਾਂਜੀ ਅਤੇ ਵੀਰ ਜੀ ਤੁਸੀਂ ਜਿਵੇਂ ਕਿ ਜਾਣਦੇ ਹੋਵੋਗੇ ਸੋਸ਼ਲ ਮੀਡੀਆ ਦਾ ਦੌਰ ਹੈ ਜਵਾਨ ਹੋ ਤੁਸੀਂ ਵੀ ਮੋਬਾਈਲ 'ਤੇ ਜਾਂ ਫਿਰ ਨਿਊਜ਼ ਚੈਨਲਾਂ ਦੇ ਉੱਤੇ ਆਮ ਹੀ ਇਹ ਅੱਜ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਸ਼ੁਭਦੀਪ ਸਿੰਘ ਸਿੱਧੂ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਵਿਵਾਦਾਂ ਦੇ ਵਿੱਚ ਘਿਰੇ ਹੋਏ ਹਨ ਅਤੇ ਉਹਨਾਂ ਦੇ ਚੱਲਦਿਆਂ ਪਿਛਲੇ ਕੁਝ ਦਿਨਾਂ ਦੇ ਵਿੱਚ ਕੁਝ ਨਿਊਜ਼ ਚੈਨਲਾਂ ਵੱਲੋਂ ਤੁਹਾਡੇ ਪਿੰਡ ਦੇ ਵਿੱਚ ਆ ਕੇ ਲੋਕਾਂ ਦੀ ਓਪੀਨੀਅਨ ਜਾਣੇ ਗਏ ਪਰ ਕੁਝ ਲੋਕਾਂ ਵੱਲੋਂ ਉਹਨਾਂ ਨੂੰ ਚੰਗਾ ਇਨਸਾਨ ਦੱਸਿਆ ਗਿਆ ਅਤੇ ਕੁਝ ਲੋਕ ਨੇ ਉਹਨਾਂ ਦੇ ਹੱਕ ਦੇ ਵਿੱਚ ਗੱਲ ਨਹੀਂ ਕੀਤੀ ਅਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਉਹ ਕਿਸ ਤਰ੍ਹਾਂ ਦੇ ਇਨਸਾਨ ਹਨ ਉਹਨਾਂ ਦਾ ਪਿੰਡ ਦੇ ਵਿੱਚ ਵਿਚਰਨ ਜਾਂ ਫਿਰ ਉਹਨਾਂ ਦਾ ਸੁਭਾਅ ਕਿਸ ਤਰ੍ਹਾਂ ਦਾ ਹੈ ਨੇਚਰ ਦੇ ਬਹੁਤ ਵਧੀਆ ਇਨਸਾਨ ਆ ਜੀ ਹਰੇਕ ਨਾਲ ਵਧੀਆ ਵਿਚਰਦੇ ਨੇ ਬਜ਼ੁਰਗ ਬੱਚੇ ਜਵਾਕਾਂ ਨੂੰ ਹਰੇਕ ਨੂੰ ਵਧੀਆ ਬੁਲਾਉਂਦੇ ਨੇ ਸ਼ਾਮ ਨੂੰ ਇੱਥੇ ਵਾਲੀਬਾਲ ਖੇਡਣਾ ਆਉਂਦੇ ਆ ਅਤੇ ਹਰੇਕ ਨੂੰ ਬਹੁਤ ਹੀ ਪਿਆਰ ਦਿੰਦੇ ਹਨ ਅਤੇ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਪਿੰਡ ਦਾ ਮਾਹੌਲ ਖਰਾਬ ਕਰਦੇ ਹਨ ਜਾਂ ਜਿਵੇਂ ਗੱਲ ਹੋਈ ਸੀ ਕਿ ਟਰੈਕਟਰ ਉੱਪਰ ਡੈੱਕ ਲਗਾਇਆ ਜਾਂਦਾ ਹੈ ਜਾਂ ਫਿਰ ਸ਼ਰਾਬ ਦਾ ਦੌਰ ਚੱਲਦਾ ਹੈ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਦੇਖੋ ਜੀ ਸਾਡੇ ਪਿੰਡ 'ਚ 3000 ਵੋਟ ਆ ਉਹਦੇ ਵਿੱਚ ਘੱਟੋ ਘੱਟ 50 ਮਿੰਟ ਦੇ ਐਂਟੀ ਹੋਣੇ ਬਾਕੀ 2900 ਸਾਰੇ ਸਿੱਧੂ ਕਣੀ ਹਨ ਅਤੇ ਤੁਸੀਂ ਕੀ ਕਹਿਣਾ ਚਾਹੋਗੇ ਸਿੱਧੂ ਮੂਸੇਵਾਲੇ ਬਾਰੇ ਕਿ ਉਹਨਾਂ ਦਾ ਕਿਸ ਤਰ੍ਹਾਂ ਦਾ ਸੁਭਾਅ ਹੈ ਅਤੇ ਪਿੰਡ ਦੇ ਵਿੱਚ ਵਿਚਰਨ ਕਿਸ ਤਰ੍ਹਾਂ ਦਾ ਬਹੁਤ ਵਧੀਆ ਜੀ ਬਹੁਤ ਵਧੀਆ ਨਰਮ ਪਰਿਵਾਰ ਹੈ ਮਾਤਾ ਤੋਂ ਲੈ ਕੇ ਵੱਡੇ ਬਜ਼ੁਰਗਾਂ ਤੋਂ ਲੈ ਕੇ ਜੇ ਆਪ ਬਾਈ ਭੋਲਾ ਸਿੰਘ ਨੂੰ ਅਸੀਂ ਪਿਆਰ ਦੇ ਵਿੱਚ ਭੋਲਾ ਕਹਿੰਦੇ ਨੇ ਵਧੀਆ ਨਰਮ ਪਰਿਵਾਰ ਹੈ ਕਿਸੇ ਨੂੰ ਕੋਈ ਮਾੜਾ ਨਹੀਂ ਕੋਈ ਚੰਗਾ ਨਹੀਂ ਕੋਈ ਆਖੀ ਕੁਛ ਜਾਵੇ ਤੁਸੀਂ ਉਹਨਾਂ ਦੇ ਪਿੰਡ ਦੇ ਲੋਕਾਂ ਦੇ ਵਿੱਚ ਵਿਚਰਦੇ ਹੋ ਇਹਨਾਂ ਤੋਂ ਤੁਹਾਨੂੰ ਉਹਨਾਂ ਦੇ ਸੁਭਾਅ ਬਾਰੇ ਇੱਕ
ਅਤੇ ਜੋ ਤੁਹਾਡੇ ਪਿੰਡ ਦੇ ਬੜੇ ਮਕਬੂਲ ਗੀਤਕਾਰ ਅਤੇ ਸਿੰਗਰ ਨੇ ਸਿੱਧੂ ਮੂਸੇਵਾਲਾ ਜੋ ਕਿ ਕੰਟਰੋਵਰਸੀ ਕਿੰਗ ਕਿਹਾ ਜਾਂਦਾ ਜਿਨ੍ਹਾਂ ਨੂੰ, ਅਤੇ ਪਿਛਲੇ ਕੁਝ ਦਿਨਾਂ ਦੇ ਵਿੱਚੋਂ ਉਹ ਕਾਫੀ ਵਿਵਾਦਾਂ ਦੇ ਵਿੱਚ ਘਿਰੇ ਹੋਏ ਹਨ ਜਿਸ ਕਰਕੇ ਤੁਹਾਡੇ ਪਿੰਡ ਦੇ ਵਿੱਚ ਕਾਫੀ ਨਿਊਜ਼ ਚੈਨਲਾਂ ਦੇ ਵੱਲੋਂ ਆ ਕੇ ਲੋਕਾਂ ਦੇ ਓਪੀਨੀਅਨ ਲੈ ਗਏ, ਲੋਕਾਂ ਦੇ ਵਿਚਾਰ ਜਾਣੇ ਗਏ, ਜਿਨ੍ਹਾਂ ਦੇ ਵਿੱਚ ਕੁਝ ਲੋਕਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਗੱਲਾਂ ਕੀਤੀਆਂ ਅਤੇ ਕੁਝ ਲੋਕ ਉਹਨਾਂ ਦੇ ਵਿਰੋਧ ਦੇ ਵਿੱਚ ਬੋਲੇ। ਅਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਜੋ ਸਿੱਧੂ ਮੂਸੇਵਾਲਾ ਹੈ ਉਹ ਕਿਸ ਤਰ੍ਹਾਂ ਦਾ ਇਨਸਾਨ ਹੈ, ਉਹਨਾਂ ਦਾ ਲੋਕਾਂ ਦੇ ਵਿੱਚ ਵਿਚਰਨਾ ਕਿਸ ਤਰ੍ਹਾਂ ਦਾ ਹੈ ਅਤੇ ਉਹਦਾ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਰੁਤਬਾ ਬਣਿਆ ਹੋਇਆ? ਉਹ ਬਹੁਤ ਵਧੀਆ ਜੀ, ਬੱਚੇ ਬੁੱਚੇ ਨਾਲ ਜਿਹੜਾ ਮਿਲ ਜੇ ਉਹਨੂੰ ਵਧੀਆ ਬੁਲਾਉਂਦੇ ਆ ਜੀ, ਬਾਕੀ ਕੋਈ ਕੰਮ ਕਾਰ ਹੋਏ ਦੱਸ ਦਿੰਦੇ ਆ ਵੀ ਕੰਮ ਹੋਏ ਕਰ ਦਿੰਦੇ ਆ, ਬਾਕੀ ਕੰਮ ਕਾਰ ਚੱਲੀ ਜਾਂਦਾ, ਗਲੀਆਂ ਗੁਲੀਆਂ ਬਣਾ ਦਿੰਦੇ ਵਧੀਆ, ਜੇ ਕੰਮ ਹੋਏ ਫੋਨ ਮਾਰ ਦਿੰਦੇ ਆ, ਬਾਕੀ ਹੋਰ ਕੋਈ ਜੀ ਚੀਜ਼ ਦੀ ਲੋੜ ਹੋਏ ਤਾਂ ਡੈਡੀ ਕਹਿ ਦਿੰਦਾ ਸਾਨੂੰ ਲੋੜ ਹੋਏ। ਬੰਦਾ ਵਧੀਆ ਜੀ, ਵਿਚਾਰਾ ਇੱਥੇ ਸਾਰਾ ਦਿਨ ਰਹਿੰਦਾ, ਇੱਥੇ ਫਿਰ ਵਾਲੀਬਾਲ ਖੇਡਦਾ ਹੁੰਦਾ, ਕੋਈ ਇਹੋ ਜਿਹੀ ਗੱਲ ਨਹੀਂ, ਤਾਂ ਲੋਕ ਕੋਈ ਮਾਰੀ ਜਾਂਦੇ ਜੀ ਗੱਲਾਂ। ਵਧੀਆ ਵਿਚਾਰਾ, ਚੜ੍ਹਾਈ ਕਰਕੇ ਪਿੰਡ ਦਾ ਕਲਾਕਾਰ ਹੈਗਾ, ਅਗਲਾ ਮੱਚਦੀ ਹੁੰਦਾ ਜੀ, ਕੋਈ ਐਂ ਥੋੜ੍ਹੀ ਦੇਖਦਾ ਹੁੰਦਾ ਕਿ ਵੀ ਇਹ ਬੰਦਾ ਆਏ ਆ। ਬੰਦਾ ਵਧੀਆ ਜੀ, ਬੁਲਾ ਕੇ ਟੱਪਦਾ ਜਦੋਂ ਇੱਥੋਂ ਟੱਪਦਾ, ਕਦੋਂ ਵੀ ਬੰਦਾ ਵਧੀਆ ਬੁਲਾ ਕੇ ਟੱਪਦਾ। ਤੁਸੀਂ ਕਹਿਣਾ ਬੋਲੀ ਜਾਂਦੇ ਆਪ ਤਾਂ ਨਸ਼ਾ ਇੰਨਾ ਕਰਦੇ ਆ, ਕੋਈ ਉਹਨੂੰ ਵਿਚਾਰੇ ਨੂੰ ਉਹ ਕਰੀ ਜਾਂਦੇ ਹੈਗੇ, ਉਹਨੇ ਕਦੇ ਦੇਖਿਆ ਤਾਂ ਨਹੀਂ ਵੀ ਅੱਜ ਉਹ ਦਾਰੂ ਪੀਂਦਾ, ਅਸੀਂ ਤਾਂ ਕਦੇ ਦੇਖਿਆ ਡੇਡੇ ਹੋ ਗਏ। ਮੇਰੇ ਨਾਲ ਪਹਿਲਾਂ ਮੈਂ ਮਾਨਸਾ ਸਿਲਾਈ ਦਾ ਕੰਮ ਕਰਦਾ ਹੁੰਦਾ ਸੀ, ਸਾਡੇ ਨਾਲ ਹੀ ਜਾਂਦਾ ਰਿਹਾ, ਪੜ੍ਹਦਾ ਰਿਹਾ ਮਾਨਸਾ ਜੀ, ਬਹੁਤ ਵਧੀਆ, ਬਹੁਤ ਵਧੀਆ। ਮਿਹਰਬਾਨੀ ਬਾਬਾ ਜੀ, ਇਸੇ ਪਿੰਡ ਦੇ ਰਹਿਣ ਵਾਲੇ ਹੋ? ਹਾਂਜੀ ਹਾਂਜੀ। ਤੁਹਾਡੇ ਪਿੰਡ ਦੇ ਇੱਕ ਸਿੰਗਰ ਨੇ ਜੀ ਸਿੱਧੂ ਮੂਸੇਵਾਲਾ, ਜੋ ਕਿ ਪਿਛਲੇ ਕੁਝ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਕੁਝ ਲੋਕਾਂ ਵੱਲੋਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਬੜੇ ਵਧੀਆ ਇਨਸਾਨ ਹਨ ਅਤੇ ਕੁਝ ਲੋਕ ਕਹਿ ਰਹੇ ਹਨ ਕਿ ਉਹ ਚੰਗੇ ਇਨਸਾਨ ਨਹੀਂ, ਉਹਨਾਂ ਦਾ ਲੋਕਾਂ ਦੇ ਵਿੱਚ ਵਿਚਰਨਾ ਸਹੀ ਨਹੀਂ ਹੈ, ਅਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਉਹ ਕਿਸ ਤਰ੍ਹਾਂ ਦੇ ਇਨਸਾਨ ਹਨ ਅਤੇ ਉਹਨਾਂ ਕਿੱਦਾਂ ਦਾ ਪਰਿਵਾਰ ਹੈ, ਕਿੱਦਾਂ ਦੇ ਪਰਿਵਾਰ ਨੂੰ ਬਿਲੋਂਗ ਕਰਦੇ ਹਨ? ਵਧੀਆ ਜੀ, ਵਧੀਆ ਜੀ, ਐਂ ਤਾਂ ਪਿੰਡਾਂ 'ਚ ਹੁੰਦੀ ਹੈ ਨੰਦਣ ਵਾਲੇ, ਠੀਕ ਹੈ ਜੀ। ਮਤਲਬ ਕਿ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜੋ ਲੋਕਾਂ ਵੱਲੋਂ ਉਹਨਾਂ 'ਤੇ ਇਲਜ਼ਾਮ ਲਗਾਏ ਗਏ ਨੇ ਉਹ ਬਿਲਕੁਲ ਬੇਬੁਨਿਆਦ ਨੇ, ਝੂਠੇ ਨੇ, ਵਿਚਰਨ ਸਹੀ ਨਹੀਂ ਹੈ, ਅਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਦੇ ਇਨਸਾਨ ਨੇ? ਤੁਸੀਂ ਤਾਂ ਉਹਨਾਂ ਦੇ ਪਰਿਵਾਰ ਨੂੰ ਵੀ ਜਾਣਦੇ ਹੋਵੋਗੇ, ਉਹ ਕਿਸ ਤਰ੍ਹਾਂ ਦੇ ਪਰਿਵਾਰ ਨੂੰ ਬਿਲੋਂਗ ਕਰਦੇ ਨੇ? ਠੀਕ ਨੇ ਜੀ, ਆਪਣੇ ਬਾਰੇ ਤਾਂ ਨਾ ਆਪਾਂ ਵਿਚਾਰਿਆਂ ਨਾਲ ਬਾਹਲਾ ਮੋਹ ਮੁਹੱਬਤ ਹੈ, ਨਾ ਬਾਹਲਾ ਵਿਗਾੜ। ਮਤਲਬ ਪਿੰਡ ਦੇ ਵਿੱਚ ਰਹਿਣ ਸਹਿਣ ਠੀਕ ਹੈ, ਪਿੰਡ ਦੇ ਲੋਕਾਂ ਨੂੰ ਨਜਾਇਜ਼ ਪਰੇਸ਼ਾਨ ਤਾਂ ਨਹੀਂ ਕੀਤਾ ਜਾਂਦਾ ਉਹਨਾਂ ਦੁਆਰਾ? ਨਾ ਨਾ ਜੀ, ਹੁਣ ਤਾਂ ਲੱਗਿਆ ਉਹ ਪਹਿਲਾਂ ਤਾਂ। ਵੀਰ ਜੀ, ਇਸੇ ਪਿੰਡ ਦੇ ਰਹਿਣ ਵਾਲੇ ਹੋ? ਹਾਂ ਵੀਰ ਜੀ। ਜੋ ਕਿ ਤੁਹਾਡੇ ਪਿੰਡ ਦੇ ਬੜੇ ਮਕਬੂਲ ਕਲਾਕਾਰ ਨੇ, ਤੁਸੀਂ ਉਹਨਾਂ ਦੀ ਟੀ ਸ਼ਰਟ ਦੇ ਉੱਪਰ ਵੀ ਫੋਟੋ ਬਣਾਈ ਹੋਈ ਹੈ, ਇਸ ਗੱਲ ਤੋਂ ਲੱਗਦਾ ਹੈ ਕਿ ਤੁਸੀਂ ਕਾਫੀ ਵਧੀਆ ਫੈਨ ਹੋ ਉਹਨਾਂ ਦੇ, ਅਤੇ ਕੁਝ ਲੋਕਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਸਿੱਧੂ ਇੱਕ ਬੜਾ ਚੰਗਾ ਇਨਸਾਨ ਹੈ, ਪਿਛਲੇ ਕੁਝ ਦਿਨਾਂ ਦੇ ਵਿੱਚੋਂ ਕੁਝ ਵਿਵਾਦਾਂ ਦੇ ਵਿੱਚ ਘਿਰੇ ਹੋਏ ਹਨ, ਅਤੇ ਕੁਝ ਲੋਕਾਂ ਦੇ ਵੱਲੋਂ ਉਹਨਾਂ ਦੇ ਜੋ ਕਿ ਚਰਿੱਤਰ ਦੇ ਉੱਤੇ ਉਂਗਲ ਚੱਕਣ ਵਾਲੀ ਇੱਕ ਗੱਲ ਹੈ ਕਿ ਕਿਹਾ ਜਾਂਦਾ ਹੈ ਕਿ ਉਹ ਸ਼ਰਾਬਾਂ ਪੀਣਾ ਜਾਂ ਕੁਛ ਕਿਸ ਤਰ੍ਹਾਂ ਦੀਆਂ ਜੋ ਵੀ ਗੱਲਾਂ ਸਾਹਮਣੇ ਆਈਆਂ ਹਨ, ਉਹਨਾਂ ਗੱਲਾਂ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਿ ਉਹਨਾਂ ਗੱਲਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ? ਉਹ ਬਾਈ ਬੇਫੂਲ ਗੱਲਾਂ ਨੇ ਸਾਰੀਆਂ, ਕੁਛ ਨਹੀਂ ਖਾਂਦਾ ਪੀਂਦਾ ਬਈ, ਵਧੀਆ ਨੈਸ ਬੰਦਾ ਬਈ, ਰਿੱਕ ਨੂੰ ਮਿਲਦਾ, ਹੱਸ ਕੇ ਮਿਲਦਾ, ਵਧੀਆ ਗੁੱਡ ਬੰਦਾ ਵੀਰੇ। ਅਤੇ ਜੋ ਉਹਨਾਂ ਨੇ ਜਦੋਂ ਤੋਂ ਪਿੰਡ ਦੀ ਮੋਹਤਬਾਰੀ ਸੰਭਾਲੀ ਆ, ਜਦੋਂ ਤੋਂ ਸਰਪੰਚ ਬਣੇ ਆ, ਪਿੰਡ ਦਾ ਵਿਕਾਸ ਕੁਝ ਵੀ ਹੋਇਆ ਜਾਂ ਫਿਰ ਪਹਿਲਾਂ ਦੀ ਤਰ੍ਹਾਂ ਹੀ ਪਿੰਡ ਦਾ ਵਿਕਾਸ ਉੱਥੇ ਦਾ ਉੱਥੇ ਰੁਕਿਆ? ਵੀਰੇ ਕਿ ਇੱਕ ਦੋ ਗਲੀਆਂ ਬਣਾਈਆਂ, ਵਧੀਆ ਕੰਮ ਚੱਲਦਾ, ਵਧੀਆ ਪਿੰਡ ਦਾ ਜਿਹੜਾ ਕੁਛ ਵੀ ਆਈ ਜਾਂਦਾ ਮਾੜਾ ਮੋਟਾ ਸਰਕਾਰ ਕਰਨੀ, ਉਹ ਸਰਪੰਚੀ ਕਰਕੇ ਉਹ ਕਰਨਗੇ, ਸਾਰਾ ਕੁਛ ਕਰਕੇ ਦਿਖਾਉਣਗੇ। ਅਤੇ ਮੇਨ ਗੱਲ ਇਹ ਹੈ ਕਿ ਜੋ ਲੋਕਾਂ ਵੱਲੋਂ ਉਹਨਾਂ 'ਤੇ ਦੋਸ਼ ਲਗਾਏ ਗਏ ਆ ਕਿ ਉਹ ਪਿੰਡ ਦਾ ਮਾਹੌਲ ਖਰਾਬ ਕਰਦੇ ਹਨ, ਜਾਂ ਕਿ ਜਿਵੇਂ ਗੱਲ ਹੋਈ ਹੈ ਕਿ ਟਰੈਕਟਰਾਂ ਦੇ ਉੱਤੇ ਡੈੱਕ ਲਾਉਣੇ ਜਾਂ ਕੁਛ ਵੀ ਪਿੰਡ ਦੇ ਮਾਹੌਲ ਨੂੰ ਖਰਾਬ ਕਰਨਾ, ਉਸ ਚੀਜ਼ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹਨਾਂ ਤੱਥਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ? ਬਾਈ ਕੋਈ ਡਿੱਕ ਨਹੀਂ ਲੱਗਦਾ, ਕੁਛ ਨਹੀਂ ਲੱਗਦਾ, ਲੋਕਾਂ ਦੀਆਂ ਵਾਧੂ ਗੱਲਾਂ ਨੇ। ਤੁਹਾਡੇ ਮੁਤਾਬਕ ਜੋ ਸ਼ੁਭਦੀਪ ਹੈ ਉਸ ਦਾ ਸੁਭਾਅ ਕਿਵੇਂ ਦਾ ਹੈ, ਉਹਨਾਂ ਦਾ ਲੋਕਾਂ ਦੇ ਵਿੱਚ ਵਿਚਰਨ ਕਿਵੇਂ ਦਾ, ਕਿੰਨੇ ਕੁ ਚੰਗੇ ਇਨਸਾਨ ਨੇ, ਆਪਣੇ ਲੋਕਾਂ ਦਾ ਕਿੰਨਾ ਕੁ ਸੋਚਦੇ ਨੇ ਉਹ? ਬਾਈ ਬਹੁਤ ਚੰਗਾ ਸੁਭਾਅ ਉਹਦਾ, ਵਧੀਆ ਬੰਦਾ। ਇਸੇ ਪਿੰਡ ਦੇ ਰਹਿਣ ਵਾਲੇ ਹੋ ਜੀ? ਹਾਂਜੀ। ਅਤੇ ਤੁਸੀਂ ਕਦੋਂ ਤੋਂ ਜਾਣਦੇ ਹੋ ਜੀ ਸਿੱਧੂ ਨੂੰ? ਸਿੱਧੂ ਨੂੰ ਮੈਂ ਜਮਾਂ ਸਿਰੇ ਤੋਂ ਜਾਣਦਾ, ਜਦੋਂ ਉਹ ਲੁਧਿਆਣੇ ਪੜ੍ਹਦਾ ਹੁੰਦਾ ਸੀ। ਅਤੇ ਉਹ ਕਿਸ ਤਰ੍ਹਾਂ ਦੇ ਇਨਸਾਨ ਨੇ, ਉਹਨਾਂ ਦਾ ਆਮ ਲੋਕਾਂ ਦੇ ਵਿੱਚ, ਪਿੰਡ ਵਾਸੀਆਂ ਦੇ ਵਿੱਚ ਰਹਿਣ ਸਹਿਣ ਕਿਵੇਂ ਦਾ, ਉਹਨਾਂ ਨੇ ਆਪਣੀ ਕਿਵੇਂ ਦੀ ਇਮੇਜ ਬਣਾਈ ਹੋਈ ਆ ਲੋਕਾਂ ਦੇ ਮੂਹਰੇ? ਰਹਿਣ ਸਹਿਣ ਤਾਂ ਉਹੀ ਜਿਮੀਦਾਰਾਂ ਵਾਲੀ, ਵਧੀਆ ਉਹ ਨੈਸ਼ ਬੰਦਾ, ਨੈਸ਼ ਪੂਰਾ, ਨੈਸ਼ ਬੰਦਾ ਹੈਗਾ। ਨਹੀਂ, ਲੋਕਾਂ ਦੇ ਨਾਲ ਉਹਨਾਂ ਦਾ ਵਿਵਹਾਰ ਕਿਸ ਤਰ੍ਹਾਂ ਦਾ ਹੈ, ਲੋਕਾਂ ਨੂੰ ਚੰਗਾ, ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਤੋਂ ਲੋਕਾਂ ਨੂੰ ਕੋਈ ਪਰੇਸ਼ਾਨੀ, ਤੰਗੀ ਜਾਂ ਉਹਨਾਂ ਕਰਕੇ ਤੁਹਾਨੂੰ ਆਪਣੀ ਜ਼ਿੰਦਗੀ ਦੀਆਂ ਕੁਛ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੋਵੇ? ਨਹੀਂ ਨਹੀਂ, ਤੰਗੀ ਕਿਸੇ ਨੂੰ ਵੀ ਨਹੀਂ, ਐਵੇਂ ਜੋ ਲੋਕ ਵਧੀਆ ਚੱਲੀ ਜਾਂਦਾ ਕੰਮ, ਰਾਸ਼ਨ ਪਾਣੀ ਵਧੀਆ ਸਭ ਕੁਛ ਵੰਡੀ ਜਾਂਦੇ, ਵਧੀਆ ਸਾਰਾ ਕੁਛ ਕਰੀ ਜਾਂਦੇ ਆ, ਦਿੱਤਾ ਸਭ ਨੂੰ ਪਿੰਡ 'ਚ ਰਾਸ਼ਨ। ਪਰਮਜੀਤ ਕੌਰ ਜੀ,
ਤੇ ਘਰ ਸਾਡੀਆਂ ਗਲੀਆਂ ਨਾਲੀਆਂ ਸਭ ਬਣਾਤੀਆਂ ਸਾਡੇ ਘਰਾਂ 'ਚ ਪਾਣੀ ਵੜਦਾ ਸੀ ਉਹ ਚੂਹਾਂ ਚੱਕਤੀਆਂ ਉਹਨੇ ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜੋ ਲੋਕਾਂ ਵੱਲੋਂ ਉਹਨਾਂ 'ਤੇ ਐਲੀਗੇਸ਼ਨ ਲਾਏ ਗਏ ਆ ਜੋ ਤੋਹਮਤਾਂ ਲਾਈਆਂ ਗਈਆਂ ਕਿ ਉਹ ਚੰਗੇ ਇਨਸਾਨ ਨਹੀਂ ਪਿੰਡ ਦਾ ਮਾਹੌਲ ਖਰਾਬ ਕਰਦੇ ਹਨ ਉਹ ਬਿਲਕੁਲ ਝੂਠੀਆਂ ਨੇ ਜਾਂ ਸੱਚੀਆਂ ਨੇ ਉਹ ਜੀ ਝੂਠੀਆਂ ਸਾਰੀਆਂ ਕੋਈ ਉਹ ਨਹੀਂ ਕਰਦਾ ਉਹ ਨਾ ਕੋਈ ਨਸ਼ਾ ਕਰਦਾ ਨਾ ਕਿਸੇ ਨੂੰ ਉਹ ਕਰਵਾਉਂਦਾ ਨਸ਼ਾ ਅਤੇ ਨਾ ਕੋਈ ਉਹ ਡਿੱਕ ਉਹ ਕਰਦਾ ਕੁਛ ਨਹੀਂ ਕਰਦਾ ਜੀ ਉਹਦੇ ਵਰਗਾ ਕੋਈ ਹੈ ਹੀ ਨਹੀਂ ਆ ਮੇਰਾ ਪੋਤਾ ਫਿਲਮ 'ਚ ਹੈ ਇਹਦਾ ਕੀ ਖਰਾਬ ਕਰਤਾ ਇਹ ਕੁਛ ਨਹੀਂ ਖਰਾਬ ਹੋਇਆ ਸਾਡਾ ਵਧੀਆ ਵਾਹ ਵਾਸਤਾ ਪਹਿਲਾਂ ਤੋਂ ਵਧੀਆ ਨੇਕ ਬੰਦੇ ਨੇ ਚੰਗੇ ਜੇ ਹੁਣ ਆਪਾਂ ਐਵੇਂ ਕਹਾਂਗੇ ਸਿੱਧੂ ਦੇ ਬਾਰੇ ਸਿੱਧੂ ਬੰਦੇ ਤਾਂ ਠੀਕ ਨੇ ਜੀ ਚੰਗੇ ਨੇ ਬਹੁਤ ਇਨਸਾਨ ਵਧੀਆ ਨੇ ਪਿੰਡ ਦੇ ਵਾਸਤੇ ਬਹੁਤ ਠੀਕ ਵੀ ਕਰ ਰਹੇ ਨੇ ਅਤੇ ਵਧੀਆ ਵੀ ਨੇ ਉਹ ਤਾਂ ਜੀ ਦੇਖੋ ਜੀ ਸਾਰਾ ਵਧੀਆ ਜੀ ਆਪਣੇ ਪਿੰਡ ਬਾਰੇ ਐਂ ਤਾਂ ਲੋਕ ਬਾਹਲਾ ਕੁਛ ਕਹਿੰਦੇ ਜੀ ਇਹਨਾਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕਿਹੜਾ ਪਿੰਡ ਜੀ ਆਪਣਾ ਆਪਣਾ ਮੂਸਾ ਪਿੰਡ ਹੈ ਜੀ ਅਤੇ ਨਾਂ ਕੀ ਜੀ ਆਪਣਾ ਬਲਵਿੰਦਰ ਸਿੰਘ ਅਤੇ ਜੋ ਤੁਹਾਡੇ ਪਿੰਡ ਦੇ ਇੱਕ ਨਾਮਵਾਰ ਗਾਇਕ ਨੇ ਜੀ ਸਿੱਧੂ ਮੂਸੇਵਾਲਾ ਅਤੇ ਉਹ ਪਿਛਲੇ ਕੁਝ ਦਿਨਾਂ ਦੇ ਵਿੱਚ ਵਿਵਾਦਾਂ ਦੇ ਵਿੱਚ ਘਿਰੇ ਹੋਏ ਆ ਕੁਝ ਕਾਰਨਾਂ ਕਰਕੇ ਅਤੇ ਉਨ ਇਸੇ ਦੇ ਚੱਲਦਿਆਂ ਕੁਝ ਨਿਊਜ਼ ਚੈਨਲਾਂ ਵੱਲੋਂ ਤੁਹਾਡੇ ਪਿੰਡ ਦਾ ਦੌਰਾ ਕੀਤਾ ਗਿਆ ਅਤੇ ਉਸ ਦੇ ਵਿੱਚ ਕੁਝ ਲੋਕਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਗੱਲਾਂ ਕੀਤੀਆਂ ਅਤੇ ਕੁਝ ਲੋਕ ਉਹਨਾਂ ਦੇ ਵਿਰੋਧ ਦੇ ਵਿੱਚ ਬੋਲੇ ਹਨ ਅਤੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਜੋ ਸਿੱਧੂ ਮੂਸੇਵਾਲਾ ਸ਼ੁਭਦੀਪ ਸਿੰਘ ਉਸ ਦਾ ਪਿੰਡ ਦੇ ਵਿੱਚ ਰਹਿਣ ਸਹਿਣ ਕਿਵੇਂ ਦਾ ਉਸ ਦਾ ਸੁਭਾਅ ਕਿਵੇਂ ਦਾ ਉਹ ਆਮ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਵਿਚਰਦੇ ਨੇ ਜੀ ਅਸਲ ਪਹਿਲੀ ਗੱਲ ਤਾਂ ਇਹ ਹੈ ਸਿਆਣੇ ਕਹਿੰਦੇ ਵੀ ਜੇ ਕੋਈ ਕਿਸੇ ਦੇ ਨਾਲ ਲੱਗਦਾ ਕੋਈ ਮਤਲਬ ਲਬਾਣ ਵੀ ਲੈ ਲਵੇ ਤਾਂ ਉਹਨੂੰ ਦੂਜੇ ਨੂੰ ਉੱਥੇ ਰਹਿਣਾ ਔਖਾ ਹੋ ਜਾਂਦਾ ਇਹ ਤਾਂ ਬਹੁਤ ਵੱਡਾ ਇਸ ਬੱਚੇ ਨੇ ਜਿਵੇਂ ਜੀ ਛੋਟੀ ਉਮਰ ਸੀਗਾ ਪੜ੍ਹਨ ਲੱਗਿਆ ਹੋਇਆ ਸੀ ਲੋਕਾਂ ਨੂੰ ਸਾਨੂੰ ਇਹ ਨਹੀਂ ਪਤਾ ਸੀ ਪਿੰਡ ਨੂੰ ਵੀ ਇਹ ਐਡਾ ਨਾਮਵਾਰ ਗਾਇਕ ਬਣ ਕੇ ਇੱਕ ਗੀਤ ਦੇ ਕੱਢ ਕੇ ਅਤੇ ਵੀ ਆ ਕੇ ਦੁਨੀਆ ਨੂੰ ਮਤਲਬ ਦੁਨੀਆ ਮੰਗਰ ਤੁਰ ਜਾਂਦੀ ਆ ਜਿੱਦੇ ਪਹਿਲੇ ਸ਼ੋਅ 'ਤੇ ਆਇਆ ਉਹ ਆਇਆ ਪਿੰਡ ਪਹਿਲੇ ਉਸ 'ਤੇ ਆਇਆ ਮਤਲਬ ਪਹਿਲੀ ਐਂਟਰੀ 'ਤੇ ਉੱਥੇ ਵੀ ਬੜਾ ਲੋਕਾਂ ਦਾ ਇਕੱਠ ਸੀਗਾ ਅਤੇ ਲੋਕ ਤਾਂ ਵੀਰ ਜੀ ਤੁਹਾਨੂੰ ਪਤਾ ਹੁਣ ਵੀ ਦੋ ਪੰਜੇ ਉਂਗਲਾਂ ਇਕਸਾਰ ਨਹੀਂ ਹੁੰਦੀਆਂ ਅਤੇ ਜਿਹੜੇ ਮਤਲਬ ਥੋੜ੍ਹੇ ਖਿਲਾਫ ਨੇ ਕਿਸੇ ਦਾ ਕੁਛ ਨਹੀਂ ਹੋਇਆ ਵੀ ਆਹ ਨਹੀਂ ਕਰਿਆ ਜੀ ਮਾਂ ਨਹੀਂ ਕਰਿਆ ਲੋਕਡਾਊਨ ਚੱਲਦਾ ਜਿੰਨਾ ਕੁ ਸੀਗਾ ਉਹਦੇ ਡੈਡੀ ਨੇ ਕੰਮ ਕਰਾਇਆ ਪਿੰਡ ਦਾ ਕੰਮ ਦੀ ਗੱਲ ਕਰਦੇ ਜੀ ਕੰਮ ਨਹੀਂ ਹੋਇਆ ਜੀ ਕੰਮ ਨਹੀਂ ਹੋਇਆ ਜਿੰਨਾ ਕੁ ਪਹਿਲਾਂ ਸਰਪੰਚਾਂ ਨੇ ਕਰਤਾ ਇਲਜ਼ਾਮ ਲਾਏ ਗਏ ਨੇ ਐਲੀਗੇਸ਼ਨ ਲਾਏ ਗਏ ਨੇ ਕੋਈ ਪਿੰਡ ਦਾ ਮਾਹੌਲ ਖਰਾਬ ਕਰਦੇ ਨੇ ਡੈੱਕ ਲਾਉਂਦੇ ਨੇ ਟਰੈਕਟਰ 'ਤੇ ਜਾਂ ਕਿਸ ਤਰ੍ਹਾਂ ਵੀ ਇਹ ਗੱਲਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਸ ਦੇ ਵਿੱਚ ਕਿੰਨੇ ਕੁ ਤੱਥ ਸੱਚੇ ਹਨ ਇਹਦੇ 'ਚ ਤਾਂ ਕੋਈ 5% ਹੋਣਗੇ ਜੀ ਜਿਹੜੇ ਲੋਕ ਮਤਲਬ ਕਹੀ ਜਾਂਦੇ ਨੇ ਵੀ ਹਾਂ ਅਸੀਂ ਦੇਖਿਆ ਜਾਂ ਤਾਂ ਫਿਰ ਉਹ ਹੁਣ ਕਹਿਣ ਆ ਕੇ ਤੁਹਾਡੇ ਕੋਲ ਇੱਥੇ ਆਉਣ ਮੈਂ ਜਵਾਬ ਦੇਵਾਂ ਹੁਣ ਆ ਕੇ ਕਹਿਣ ਉੱਥੇ ਇੱਥੇ ਆ ਗਏ ਉਹ 4-5 ਬੰਦੇ ਉਹਨੇ ਨਸ਼ਾ ਕਰਿਆ ਹੋਇਆ ਸੀ ਡੱਕਿਆ ਹੋਇਆ ਸੀ ਬੰਦਾ ਉਹ ਬੋਲੀਗਾ ਜੋ ਕੁਛ ਆਈ ਗਿਆ ਮੂੰਹ ਦੇ ਵਿੱਚ ਉਹ ਡੈੱਕ ਲਿਆਉਂਦਾ ਜੀ ਉਹ ਫਲਾਨਾ ਕਰਦਾ ਡੈੱਕ ਕਦੇ ਦੇਖਿਆ ਨਹੀਂ ਉਹਨੇ ਉਹ ਤਾਂ ਸਮਾਂ ਜੇ ਕੋਈ ਘਰ ਵਾਲੇ ਕਹਿੰਦੇ ਨੇ ਉੱਥੇ ਕੋਠ 'ਚ 2 ਕਿੱਲਿਆਂ 'ਚ ਘਰ ਹੈ ਲਵੇ ਘਰ ਨੇ ਘਰ ਵਾਲੇ ਕਹਿੰਦੇ ਨੇ ਵੀ ਆਵਾਜ਼ ਥੋੜ੍ਹੀ ਕਰ ਲਓ ਉਹਦੇ ਉਹ ਮੁੰਡਿਆਂ ਨੂੰ ਲੜਦਾ ਵੀ ਜਾ ਰਹੇ ਨੂੰ ਬੰਦ ਕਰੋ ਜਾ ਰਹੇ ਨੂੰ ਕੰਮ ਕਰੋ ਆਪਦਾ ਅਤੇ ਸਾਰੇ ਪਿੰਡ ਦੇ ਵਿੱਚ ਨੈੱਟ ਲਵਾਤੇ ਕੁੜੀਆਂ ਵੀ ਵੱਡੀਆਂ ਵੱਡੀਆਂ ਮੁਟਿਆਰਾਂ ਉਹਦੇ ਨਾਲ ਖੇਡਦੀਆਂ ਨੇ ਮਤਲਬ ਜਿਹੜੀ ਉਹਨੂੰ ਫੋਨ ਕਰਦੇ ਆ ਵੀ ਬਾਈ ਤੂੰ ਆਇਆ ਨਹੀਂ ਲੇਟ ਹੋ ਅੱਜ ਉਹ ਕਹਿੰਦਾ ਮੈਂ ਉਹ ਲਾਈ ਬੈਠਾ ਝਰੀ ਮੈਂ ਆਉਣਾ ਕੋਈ ਗੱਲ ਨਹੀਂ ਪਰ ਉਹਦੀ ਕਮਾਂਡ ਛੱਡ ਕੇ ਸਾਰਿਆਂ ਨੂੰ ਹਰੇਕ ਦੇ ਵੱਡਾ ਕੋਈ ਛੋਟਾ ਹਰੇਕ ਬੰਦੇ ਦੇ ਪੈਰੀ ਹੱਥ ਲਾਉਂਦਾ ਅੱਜ ਵੀ ਉਹ ਮਤਲਬ ਬੰਦਾ ਵੀ ਮੈਂ ਸਟਾਰ ਬਣ ਗਿਆ ਜਾਂ ਮੈਂ ਬਣ ਗਿਆ ਇਹ ਬਿਲਕੁਲ ਵੀਰ ਜੀ ਮਤਲਬ ਗਲਤ ਸਟਾਈ ਉਸ 100% ਇਹਨਾਂ ਨੇ ਪਾਈ ਹੈ ਪਾਈ ਜਾਣ ਦੇ ਉਹ ਕਹਿੰਦਾ ਮੇਰੇ ਸਿਹਤ 'ਤੇ ਕੋਈ ਅਸਰ ਨਹੀਂ ਕੋਈ ਗੱਲ ਨਹੀਂ ਫਿਰ ਕੀ ਹੁੰਦਾ ਮਤਲਬ ਉਹ ਜਿਹੜੇ ਆਏ ਸੀ ਬੰਦੇ ਉਹ ਅੱਡੇ ਤੋਂ ਹੀ ਬਣਾ ਕੇ ਵਾਪਸ ਮੁੜ ਗਏ ਜਦੋਂ ਪਿੰਡ 'ਚ ਜਾ ਕੇ ਪਤਾ ਲੈਂਦੇ ਵੀ ਲੱਗਦਾ ਵੀ ਸਿੱਧੂ ਦਾ ਕੀ ਮਤਲਬ ਮਾਹੌਲ ਹੈ ਚੰਗਾ ਕਰਦਾ ਮਾੜਾ ਕਹਿੰਦਾ ਡੈੱਕ ਲਾਉਂਦਾ ਜਾਂ ਨਾ ਲਾਉਂਦਾ ਬਾਈ ਸਿੱਧੂ ਸਾਹਿਬ ਦਾ ਸੁਭਾਅ ਬਹੁਤ ਵਧੀਆ ਚੰਗਾ ਜੀ ਬਹੁਤ ਨੇਚਰ ਦੇ ਬਹੁਤ ਚੰਗੇ ਜੀ ਜਿੱਦਾਂ ਸਾਡੇ ਨਾਲ ਡੇਲੀ ਖੇਤੀ ਹੁੰਦੀ ਜੀ ਵਧੀਆ ਕੰਪੇਨ ਕਰਦੇ ਜੀ ਵਧੀਆ ਸਾਡੇ ਨਾਲ ਵਧੀਆ ਪੇਸ਼ ਆਉਂਦੇ ਜੀ ਬਹੁਤ ਵਧੀਆ ਜੀ ਬਾਕੀ ਤੁਸੀਂ ਦੇਖ ਰਹੇ ਨੇ ਸੋਸ਼ਲ ਮੀਡੀਆ 'ਤੇ ਜਿੱਦਾਂ ਵੀ ਵੀਡੀਓ ਬਾਈ ਦੇ ਖੇਤ ਬੈਠੇ ਹੁੰਦੇ ਜੀ ਵਧੀਆ ਵਿਚਰਦੇ ਹਰੇਕ ਨਾਲ ਜੀ ਹਾਂਜੀ ਜਿਵੇਂ ਕਿ ਤੁਹਾਨੂੰ ਸ਼ੁਰੂਆਤ ਦੇ ਵਿੱਚ ਦੱਸਿਆ ਗਿਆ ਸੀ ਕਿ ਅੱਜ ਆਪਾਂ ਪਹੁੰਚੇ ਹੋਏ ਹਾਂ ਪਿੰਡ ਮੂਸਾ ਜੋ ਕਿ ਜ਼ਿਲ੍ਹਾ ਮਾਨਸਾ ਦੇ ਵਿੱਚ ਪੈਂਦਾ ਅਤੇ ਇੱਥੋਂ ਦੇ ਇੱਕ ਬੜੇ ਹੀ ਮਕਬੂਲ ਗਾਇਕ ਸਿੱਧੂ ਮੂਸੇਵਾਲਾ ਅੱਜ ਆਪਾਂ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਕਾਫੀ ਵਿਵਾਦਾਂ ਦੇ ਵਿੱਚ ਘਿਰੇ ਹੋਏ ਹਨ ਅਤੇ ਕੁਝ ਚੈਨਲਾਂ ਦੁਆਰਾ ਉਹਨਾਂ ਦੀਆਂ ਵੀਡੀਓਜ਼ ਪੋਸਟ ਕੀਤੀਆਂ ਗਈਆਂ ਸੀ ਜਿਨ੍ਹਾਂ ਦੇ ਵਿੱਚ ਪਿੰਡ ਦੇ ਲੋਕਾਂ ਨੇ ਉਹਨਾਂ ਬਾਰੇ ਦੱਸਿਆ ਜਿਸ ਦੇ ਵਿੱਚ ਕਿ ਕੁਝ ਲੋਕ ਉਹਨਾਂ ਦੇ ਵਿਰੋਧ ਦੇ ਵਿੱਚ ਬੋਲੇ ਅਤੇ ਕੁਝ ਲੋਕ ਉਹਨਾਂ ਦੇ ਹੱਕ ਦੇ ਵਿੱਚ ਅਤੇ ਅੱਜ ਇਸੇ ਗੱਲ ਦੀ ਤਹਿ ਤੱਕ ਪਹੁੰਚਣ ਲਈ ਗਰਾਊਂਡ ਲੈਵਲ ਤੱਕ ਜਾਣ ਲਈ ਆਪਾਂ ਪਹੁੰਚੇ ਸਾਂ ਜੀ ਮੂਸਾ ਪਿੰਡ ਤਾਂ ਕਿ ਇੱਥੋਂ ਦੇ ਲੋਕਾਂ ਨੂੰ ਮਿਲ ਕੇ ਆਪਾਂ ਜਾਣ ਸਕੀਏ ਸਿੱਧੂ ਦੀ ਜ਼ਿੰਦਗੀ ਦੇ ਬਾਰੇ ਕਿ ਉਹ ਕਿਸ ਤਰ੍ਹਾਂ ਆਪਣੇ ਪਿੰਡ ਵਾਸੀਆਂ ਦੇ ਨਾਲ ਰਹਿੰਦੇ ਹਨ ਅਤੇ ਕਿਸ ਤਰ੍ਹਾਂ ਪਿੰਡ ਦੇ ਵਿੱਚ ਵਿਚਰਦੇ ਹਨ ਅਤੇ ਜਦੋਂ ਅਸੀਂ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਸ ਦੇ ਵਿੱਚ ਕੁਝ ਲੋਕਾਂ ਨੇ ਸਿੱਧੂ ਦੇ ਹੱਕ ਦੇ ਵਿੱਚ ਗੱਲਾਂ ਕੀਤੀਆਂ ਅਤੇ ਕੁਝ ਲੋਕਾਂ ਨੇ ਉਸ ਦੇ ਵਿਰੋਧ ਦੇ ਵਿੱਚ ਵੀ ਬੋਲਿਆ ਪਰ ਵਿਰੋਧ ਵਿੱਚ ਬੋਲਣ ਵਾਲਿਆਂ ਤੋਂ ਜ਼ਿਆਦਾਤਰ ਲੋਕਾਂ ਨੇ ਕੈਮਰੇ ਦੇ ਸਾਹਮਣੇ ਆਉਣ ਤੋਂ ਗੁਰੇਜ਼
ते तुहाडे किस तरह विचार हन सिद्धू की जिंदगी दे बारे, तुसी की समझदे हो कि सिद्धू किस तरह का इंसान है, उसका लोगों के विचरण किस तरह का है, उसका नेचर किस तरह का है, कितना कु वधिया इंसान है, थानू उसके विचार या उसका रहन सहन किस तरह का लगता है, यह अपने सुझाओ सानू चैनल के उत्ते कमेंटा के जरूर दसो कि तुसी की सोचते हो सिद्धू की। सारे ही वीर भैन भरावों रिक्वेस्ट करता जी इस वीडियो वध तो वध शेयर जरूर करो, क्योंकि असी काफ़ी वाट करके पिंड पहुँचे से और दोपहर के इसनों शूट किया, सो काफ़ी मेहनत लगी है जी। तुसी अपने विचार वीडियो के बारे तो कॉन्ट्रोवर्सी किंग सिद्धू मूसेवाले के बारे कमेंट सैक्शन के जरूर देने जी। तो एक होर रिक्वेस्ट है जी, वीडियो डाउनलोड करके दोबारा रीअपलोड कर किसी भी तरह की छेड़छाड़ कर तो गुरेज किया जाए, क्योंकि वीडियो के कॉपीराइट सारे हक जोड़े वो पंजाब वैदर टूडे यूट्यूब चैनल को। सो इस करके रिक्वेस्ट है जी, वीडियो इदा ही शेयर किया जाए, रीयूज़ कर कोशिश ना की जाए। सो